मारूं मैं सॉरी यार मेरी बहन मेरी बहन है यार मैं गलती मान रहा हूं तेरी बहन है तुम्हारे साथ क्या बहन है ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਸ਼ਖਸ ਜੋ ਕਿ ਕੰਨ ਫੜ ਕੇ ਮਾਫੀ ਮੰਗਦਾ ਨਜ਼ਰ ਆ ਰਿਹਾ ਤੇ ਦੱਸ ਦਈਏ ਕਿ ਇਹ ਤਸਵੀਰਾਂ ਸੈਕਟਰ 22 ਚੰਡੀਗੜ੍ਹ ਦੀਆਂ ਨੇ ਜਿੱਥੇ ਕਿ ਕੁਝ ਲੜਕੀਆਂ ਸ਼ੋਪਿੰਗ ਕਰਨ ਦੇ ਲਈ ਆਈਆਂ ਸੀ ਤੇ ਉੱਥੇ ਕੁਝ ਮਨਚਲੇ ਲੜਕਿਆਂ ਦੇ ਵੱਲੋਂ ਲੜਕੀਆਂ ਦੇ ਨਾਲ ਪਹਿਲਾਂ ਤਾਂ ਛੇੜਖਾਨੀ ਕੀਤੀ ਗਈ ਜਿਸ ਤੋਂ ਬਾਅਦ ਲੜਕੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਮੌਕੇ ਦੇ ਉੱਤੇ ਕੁਝ ਲੋਕ ਇਕੱਠੇ ਹੋਏ ਤੇ ਇਹਨਾਂ ਮਨਚਲਿਆਂ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਗਈ। ਹਾਲਾਂਕਿ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਚੰਡੀਗੜ੍ਹ ਜਿੱਥੇ ਕਿ ਚੱਪੇ ਚੱਪੇ ਤੇ ਪੁਲਿਸ ਤੈਨਾਤ ਹੁੰਦੀ ਹੈ ਅੱਧਾ ਘੰਟਾ ਦੇ ਕਰੀਬ ਇਹ 22 ਸੈਕਟਰ ਦੇ ਵਿੱਚ ਡਰਾਮਾ ਚੱਲਿਆ ਪਰ ਉੱਥੇ ਮੌਕੇ ਤੇ ਕੋਈ ਵੀ ਪੁਲਿਸ ਨਹੀਂ ਪਹੁੰਚੀ ਜਿਸ ਤੋਂ ਬਾਅਦ ਇਹਨਾਂ ਲੜਕਿਆਂ ਦੇ ਵੱਲੋਂ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ ਗਿਆ। ਤਾਂ ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 22 ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕੁਝ ਮਨਚਲਿਆਂ ਦੀ ਲੋਕਾਂ ਦੇ ਵੱਲੋਂ ਪਕੜ ਕੇ ਛਿੱਤਰ ਪਰੇਡ ਕੀਤੀ ਗਈ ਹੈ। ਦਰਅਸਲ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਕੁਝ ਲੜਕੀਆਂ ਸ਼ੋਪਿੰਗ ਕਰਨ ਦੇ ਲਈ ਆਈਆਂ ਹੋਈਆਂ ਸੀ ਤੇ ਉਹਨਾਂ ਦੇ ਨਾਲ ਛੇੜਖਾਨੀ ਕੀਤੀ ਗਈ ਹੈ। ਮਾਰੂ ਮੈਂ ਸੋਰੀ ਯਾਰ ਮੇਰੀ ਭੈਣ ਹੈ ਯਾਰ ਮੈਂ ਗਲਤੀ ਮੰਨ ਕਹਾਂ ਕਾ ਰਹਿਣ ਵਾਲਾ ਤੂੰ ਕਹਾਂ ਕਾ ਰਹਿਣ ਵਾਲਾ ਹੈ।